ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਸੁੱਚਾ ਸਿੰਘ ਲੰਗਾ ਤੇ ਔਰਤ ਦਾ ਸ਼ੋਸ਼ਣ ਕਰਨ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਿਕ ਪਿੰਡ ਸੋਹਲ ਦੀ ਹਰਿੰਦਰ ਕੌਰ ਪਤਨੀ ਸਵਰਗਵਾਸ ਹਰਿੰਦਰ ਸਿੰਘ ਨੇ SSP ਨੂੰ 28 ਸਤੰਬਰ 2017 ਨੂੰ ਦਰਖਾਸਤ ਦਿੱਤੀ ਸੀ ਕਿ ਸੁੱਚਾ ਸਿੰਘ ਲੰਗਾ ਪਿਛਲੇ ਕਈ ਸਾਲਾਂ ਤੋਂ ਉਸਦਾ ਸਰੀਰਕ ਸ਼ੋਸ਼ਣ ਕਰਦਾ ਆ ਰਿਹਾ ਤੇ ਨਾਲ ਨਾਲ ਬਲੈਕਮੇਲ ਵੀ ਕਰਦਾ ਸੀ। ਪੀੜਤ ਨੇ ਸ਼ਿਕਾਇਤ 'ਚ ਦੱਸਿਆ ਕਿ ਉਹ ਲੰਗਾ ਦੇ ਸੰਪਰਕ 'ਚ ਸਾਲ 2009 ਵਿੱਚ ਆਪਣੇ ਪਤੀ ਦੀ ਮੌਤ ਤੋਂ ਬਾਅਦ ਆਈ ਸੀ ਤੇ ਉਹ ਆਪਣੇ ਪਰਿਵਾਰ ਵਾਲਿਆਂ ਨਾਲ ਲੰਗਾ ਨੂੰ ਪਹਿਲੀ ਵਾਰੀ ਕਿਸਾਨ ਭਵਨ ਵਿਖੇ ਮਿਲੀ ਸੀ, ਜਿੱਥੇ ਲੰਗਾ ਨੇ ਉਸਨੂੰ ਕੁਝ ਦਿਨਾਂ ਬਾਅਦ ਇਕੱਲੇ ਮਿਲਣ ਲਈ ਬੁਲਾਇਆ। ਸੁੱਚਾ ਸਿੰਘ ਲੰਗਾ ਨੇ ਨੌਕਰੀ ਲਗਵਾਉਣ ਦੀ ਸ਼ਰਤ 'ਚ ਹਰਿੰਦਰ ਕੌਰ ਨਾਲ ਸਰੀਰਕ ਸ਼ੋਸ਼ਣ ਕੀਤਾ। ਹਰਿੰਦਰ ਕੌਰ ਦੇ ਦੱਸਣ ਮੁਤਾਬਿਕ ਇਹ ਨੌਕਰੀ ਉਸਨੂੰ ਉਸਦੇ ਪਤੀ ਦੀ ਮੌਤ ਤੋਂ ਬਾਅਦ ਤਰਸ ਦੇ ਆਧਾਰ ਤੇ ਮਿਲੀ ਸੀ, ਪਰ ਨੌਕਰੀ ਲਗਵਾਉਣ ਦੀ ਆੜ 'ਚ ਲੰਗਾ ਉਸਨੂੰ ਬਲੈਕਮੇਲ ਕਰਦਾ ਰਿਹਾ ਤੇ ਕਈ ਵਾਰ ਉਸ ਨਾਲ ਰੇਪ ਵੀ ਕੀਤਾ। ਪੀੜਤ ਨੇ ਸ਼ਿਕਾਇਤ ਵਿੱਚ ਇਹ ਵੀ ਦੱਸਿਆ ਕਿ ਲੰਗਾ ਨੇ ਨਾ ਕੇਵਲ ਉਸਦਾ ਸਰੀਰਕ ਸ਼ੋਸ਼ਣ ਕੀਤਾ ਸਗੋਂ ਆਰਥਿਕ ਸ਼ੋਸ਼ਣ ਵੀ ਕੀਤਾ ਤੇ ਧੋਖੇ ਨਾਲ ਉਸਦੀ ਸਾਰੀ ਪ੍ਰਾਪਰਟੀ ਵੇਚ ਦਿੱਤੀ। ਪੀੜਤਾ ਨੇ ਲਿਖਤੀ ਸ਼ਿਕਾਇਤ ਦੇ ਨਾਲ ਨਾਲ ਵੀਡੀਓ ਰਿਕਾਰਡਿੰਗ ਦੀ ਪੈਨ ਡਰਾਈਵ ਵੀ SSP ਹਰਚਰਨ ਸਿੰਘ ਭੁੱਲਰ ਨੂੰ ਸਬੂਤ ਵਜੋਂ ਦਿੱਤੀ ਹੈ। ਤੇ ਉਹਨਾਂ ਨੇ ਆਪਣਾ ਰੇਪ ਕੇਸ ਹੈਗਾ ਉਹਦਾ ਅਸੀਂ ਐਗਜ਼ਾਮਿਨ ਕੀਤਾ, ਬਸ ਤਿੰਨ ਡਾਕਟਰ ਦਾ ਬੋਰਡ ਬਣਿਆ ਸੀ। ਠੀਕ ਹੈ, ਨਹੀਂ ਅਸੀਂ ਤਾਂ ਮੈਡੀਕਲ ਐਗਜ਼ਾਮੀਨੇਸ਼ਨ ਕਰਨਾ, ਅਸੀਂ ਉਹ ਦੇਖਿਆ ਨਹੀਂ ਵੀ ਕਿਹਦੇ 'ਤੇ ਲਗਾਇਆ ਹੈ, ਐਲੀਗੇਸ਼ਨ ਕਾਹਦੇ 'ਤੇ ਲਗਾਇਆ। ਉਹਨਾਂ ਨੇ ਕਿਹਾ ਪੁਲਿਸ ਲੈ ਕੇ ਆਏ ਸੀ, ਨਹੀਂ ਲੇਡੀ ਜਿਹੜੀ ਆ ਉਹ ਵਿਜੀਲੈਂਸ ਦੇ ਵਿੱਚ ਹੈਗੀ, ਉਹਨਾਂ ਨੇ ਆਪਣਾ ਆਕੂਪੇਸ਼ਨ ਵਿਜੀਲੈਂਸ ਲਿਖਵਾਇਆ ਵਿਜੀਲੈਂਸ ਡਿਪਾਰਟਮੈਂਟ ਦੀ। ਡਾਕਟਰ ਕੁਸੁਮ, ਡਾਕਟਰ ਜੋਤੀ ਅਤੇ ਮੈਂ। SSP ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ DA ਲੀਗਲ ਤੋਂ ਕਾਨੂੰਨੀ ਰਾਏ ਲੈਣ ਤੋਂ ਬਾਅਦ ਧਾਰਾ 376, 384, 420 ਤੇ 506 IPS ਤਹਿਤ ਮਾਮਲਾ ਦਰਜ ਕਰ ਲਿਆ। ਫਿਲਹਾਲ ਹਜੇ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ। ਅਜੇ ਮਾਮਲਾ ਬੜੀ ਇਨੀਸ਼ੀਅਲ ਸਟੇਜ ਤੇ, ਅਜੇ ਇਨਵੈਸਟੀਗੇਟ ਹੋਣਾ। ਇੱਕ ਲੇਡੀ ਨੇ ਕੰਪਲੇਂਟ ਕੀਤੀ, ਉਹਦੀ ਅਜੇ ਵੈਰੀਫਿਕੇਸ਼ਨ ਚੱਲ ਰਹੀ ਹੈ। ਸੁੱਚਾ ਸਿੰਘ ਲੰਗਾ ਜੀ ਦੇ ਖਿਲਾਫ ਹੋਇਆ, ਅਜੇ ਉਹਨੂੰ ਵੈਰੀਫਾਈ ਕਰ ਰਹੇ, ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ। ਅਜੇ 376 ਦਾ ਕੇਸ ਰਜਿਸਟਰ।